ਲਾਵਿਸ਼ ਅਵੈਂਸੀਆਂ ਤੀਆਂ ਵੀ ਉਹ ਵਿੱਚ ਹੈਗੇ, ਉਹਨਾਂ ਨੇ ਕੁਛ ਨਾ ਕੁਐਸਚਨ ਪੁੱਛੇ ਸੀਗੇ ਉਹਨਾਂ ਦੇ ਵਿੱਚੋਂ। ਸ਼ਾਹਰੁਖ ਸ਼ਰਮਾ, ਉਹਦਾ ਕੁਐਸਚਨ ਇਹ ਸੀਗਾ ਕਿ ਕੋਈ ਐਸੀ ਚੀਜ਼ ਸ਼ਹਿਨਾਜ਼ ਦੱਸੇ ਕਿ ਜੋ ਤੁਹਾਡੇ ਬਾਰੇ ਕਿਸੇ ਨੂੰ ਨਹੀਂ ਪਤਾ। ਪ੍ਰੋਫੈਸ਼ਨਲ ਆਰਟਿਸਟ ਹੋ ਅਤੇ ਬਹੁਤ ਤੁਹਾਡੀਆਂ ਕਮਿਟਮੈਂਟਸ ਹੁੰਦੀਆਂ, ਅਪੀਅਰੈਂਸਿਸ, ਇੰਟਰਵਿਊਜ਼, ਸ਼ੋਅਜ਼ ਹੁੰਦੇ ਆ, ਅਤੇ ਆਪਣੇ ਆਪ ਨੂੰ ਕਿੱਦਾਂ ਪ੍ਰੀਵੈਂਟ ਕਰਦੇ ਹੋ ਬਰਨ ਆਊਟ ਹੋਣ ਤੋਂ, ਕਿ ਜ਼ਿਆਦਾ ਥਕਾਵਟ, ਇਹ ਰੈਂਡੀ ਜੋਲ ਦਾ ਕੁਐਸਚਨ ਹੈ। ਮੈਨੂੰ ਲੱਗਦਾ ਵਾ ਕਿ ਆਈ ਥਿੰਕ ਬਹੁਤ ਜ਼ਿਆਦਾ ਡਿਸਟਰਬੈਂਸ ਆ। ਮੈਂ ਕੈਨ ਯੂ ਗਾਈਜ਼ ਪਲੀਜ਼, ਸਾਰੇ ਜਣੇ ਜਿਹੜਾ ਚੁੱਪ ਦਾ ਦਾਨ ਬਖਸ਼ੋ, ਜਿੱਦਾਂ ਗੁਰਦੁਆਰੇ ਵਿੱਚ ਬੈਠ ਕੇ ਆਪਾਂ ਬਖਸ਼ੀ ਦਾ, ਥੋੜ੍ਹੀ ਦੇਰ ਪਲੀਜ਼, ਥੋੜ੍ਹੀ ਦੇਰ, ਕਿਉਂਕਿ ਮੈਂ ਵੀ ਕੋਨਸੈਂਟਰੇਟ ਨਹੀਂ ਕਰ ਪਾਉਂਗੀ। ਇੱਕ ਤਾਂ ਸਟੇਜ 'ਤੇ ਇੰਨਾ ਰੋਲਾ ਅਤੇ ਉਹਨਾਂ ਨੂੰ ਵੀ ਚੁੱਪ ਕਰਾਉਣਾ। ਓਕੇ, ਅਤੇ ਮੈਂ ਪ੍ਰੋਫੈਸ਼ਨਲ ਲਾਈਫ ਨੂੰ ਕਿੱਦਾਂ, ਤੁਹਾਡੀਆਂ ਬਹੁਤ ਸਾਰੀ ਕਮਿਟਮੈਂਟਸ ਇੰਟਰਵਿਊਜ਼ ਹੁੰਦੀਆਂ, ਕਿੱਦਾਂ ਮੈਨੇਜ ਕਰਦੇ ਆ? ਕੁਛ ਨਹੀਂ, ਹੁਣ ਮੇਰੇ ਬੈਕ ਟੂ ਬੈਕ ਸ਼ੋਅਜ਼ ਹੋ ਰਹੇ ਆ, ਮੈਂ ਬਹੁਤ ਘੱਟ ਸੁੱਤੀ ਹਾਂ ਅਤੇ ਮੈਂ ਆਪਣਾ ਪੂਰਾ ਕੰਮ ਕਰ ਰਹੀ ਹਾਂ, ਕਿਉਂਕਿ ਮੈਨੂੰ ਪਤਾ ਕੰਮ ਤੋਂ ਬਾਅਦ ਸੋਣਾ ਹੀ ਆ ਘਰੇ ਜਾ ਕੇ, ਸੋ ਮੈਂ ਆਪਣਾ ਬੈਸਟ ਦਿੰਦੀ ਹਾਂ। ਅੱਜ ਆਈ ਥਿੰਕ ਤੀਆਂ ਦਾ ਜਿਹੜਾ ਫੈਸਟੀਵਲ ਆ, ਇਟਸ ਅ ਗ੍ਰੈਂਡ ਫਿਨਾਲੇ, ਐਂਡ ਗ੍ਰੈਂਡ ਫਿਨਾਲੇ ਵਾਲੀ ਪੂਰੀ ਵਾਈਬ, ਇੱਕ ਵੀ ਮੁੰਡਾ ਨਹੀਂ ਦੇਖ ਰਿਹਾ ਮੈਨੂੰ ਸੋਣਾ। ਇੱਕ
ਹੁਸ਼ਿਆਰੀ ਕਰਦਾ ਮੈਂ ਪਰ ਸੋਨੀਆ ਹੀਰ ਦੇ ਉੱਤੇ ਸਾਰੇ ਕਿਉਂਕਿ ਮੈਨੂੰ ਇੱਕ ਹੀ ਹੁੰਦੀ ਆ ਚਲੇ ਬੋਚਣੀ ਬੋਚ ਲਿਓ ਮੈਂ ਕੋਲ ਬੈਠੀ ਹਾਂ ਤੁਮੇ ਦੇਖ ਕਰ ਮੁਝੇ ਕੁਛ ਐਸਾ ਲੱਗਦਾ ਹੈ ਤੁਮੇ ਦੇਖ ਕਰ ਮੁਝੇ ਕੁਛ ਐਸਾ ਲੱਗਦਾ ਹੈ ਤੇਰੇ ਪਾਸ ਰਹਿਣੇ ਕਾ ਦਿਲ ਮੇਰਾ ਕਰਦਾ ਹੈ ਤੂੰ ਸੋਚ ਨਾ ਸਕੇ ਤੇਰੇ ਲਈ ਕੁਛ ਐਸਾ ਕਰ ਜਾਊਂ ਤੂੰ ਸੋਚ ਨਾ ਸਕੇ ਤੇਰੇ ਲਈ ਕੁਛ ਐਸਾ ਕਰ ਜਾਊਂ ਅੱਲਾ ਕਰੇ ਮੇਰੀ ਜ਼ਿੰਦਗੀ ਇਤਨੀ ਹੋ ਕਿ ਤੇਰੇ ਸਾਥ ਹੀ ਮਰ ਜਾਊਂ ਮਹਾ ਕਿਤੇ ਰੱਟੀ ਮੈਂ ਭੁੱਲ ਜਾਣੀ ਸੀ That was beautiful. Give him a big round of applause. The other question Shahnaz was there, Raj Sodhi Vano. He was asking that if you are young, your female generation, if you have no education, or career, or marriage, what advice would you give? One, education. I think education is very important. ਮੈਂ ਬਹੁਤ ਘੱਟ ਪੜ੍ਹੀ ਹਾਂ ਬਟ ਮੈਨੂੰ ਲੱਗਦਾ ਮੈਨੂੰ ਪੜ੍ਹਨਾ ਚਾਹੀਦਾ ਸੀ ਬਹੁਤ ਜ਼ਿਆਦਾ ਸੋ ਗਾਇਸ ਜਿਹੜੇ ਵੀ ਲਾਈਕ ਕੁਛ ਕਰਨਾ ਚਾਹੁੰਦੇ ਆ ਇਹ ਨਾ ਸੋਚਿਓ ਕਿ ਪੜ੍ਹਾਈ ਤੋਂ ਬਗੈਰ ਤੁਸੀਂ ਕਰ ਲਉਂਗੇ ਆਈ ਥਿੰਕ ਪੜ੍ਹਾਈ ਬਹੁਤ ਇੰਪੋਰਟੈਂਟ ਆ ਉਸ ਤੋਂ ਬਾਅਦ ਜੋ ਕਰਨਾ ਕਰੋ ਬਹੁਤ ਕੰਮ ਆਉਂਦੀ ਹੈ ਪੜ੍ਹਾਈ ਜਿਹੜੇ ਮੇਰੇ ਤੇ ਚਲੋ ਮੈਂ ਹੁਣ ਪੜ੍ਹ ਰਹੀ ਹਾਂ ਮੈਂ ਹੁਣ ਪੜ੍ਹ ਰਹੀ ਹਾਂ ਐਕਚੁਲੀ ਸੋ ਅੱਛਾ ਇੱਥੇ ਚੀਕਾਂ ਪੜ੍ਹਨੀ ਕਰ ਲਉਂ ਸਾਡੀ ਇੰਡਸਟਰੀ ਚ ਆਈ ਥਿੰਕ ਜ਼ਿਆਦਾ ਪੜ੍ਹਾਈ ਦੀ ਜ਼ਰੂਰਤ ਆ ਤੇ ਪੜ੍ਹਾਈ ਬਹੁਤ ਜ਼ਰੂਰੀ ਸਾਰਿਆਂ ਲਈ ਤੇ ਦੂਜਾ ਕੀ ਸੀ ਮੈਰਿਜ ਗਾਇਸ ਮੈਰਿਜ ਇਜ਼ ਨਾਟ ਇੰਪੋਰਟੈਂਟ ਜੀ ਕਰਦਾ ਕਰੋ ਘਰ ਦੇ ਜੇ ਕਹਿਣ ਨਾ ਵਿਆਹ ਕਰਾ ਵਿਆਹ ਕਰਾ ਵਿਆਹ ਕਰਾ ਬਿਲਕੁਲ ਨਹੀਂ ਕਰਾਉਣਾ ਜਦੋਂ ਜੀ ਕਰੇ ਉਦੋਂ ਜੇ ਤੁਹਾਨੂੰ ਪਿਆਰ ਕਰਦੀ ਆ ਤੇ ਪੂਰਾ ਬਰਾਬਰ ਪਿਆਰ ਕਰੋ ਜੇ ਨਹੀਂ ਕਰਦੀ That's good. And she loves you. All right. And if you have any questions from the audience, then you can ask one or two questions. Yes, you can ask. But guys, I want to tell you no personal questions, okay? Thank you. So, please no personal questions. Anjali? Hi. Hi, Sana, how are you? I'm good. I love you. I love you too. Kaisa lag raha aapko yahan pe itni ladies ko dekh ke? Maine socha nahi tha ki itne sare log honge aur pata nahi main abhi bhi believe nahi kar pa rahi ki mujhe dekhne aaye hain. We all love you. We all love you. Thank you so much and thank you guys. Thank you. Thank you. Shahnaz.
ਮੇਰਾ ਹਾਲ ਬਿਲਕੁਲ ਵਧੀਆ। ਵੈਰੀ ਗੁੱਡ, ਯੂ ਆਰ ਮੋਸਟ ਵੈਲਕਮ। ਥੈਂਕ ਯੂ ਸੋ ਮਚ। ਮੈਨੂੰ ਹੋਰ ਕੋਈ ਕੁਐਸਚਨ ਨਹੀਂ ਪੁੱਛਣਾ, ਮੈਨੂੰ ਕਾਲ ਕੇ ਦੱਸ ਦਿਓ। ਇੱਕ ਲਾਈਨ ਮੈਂ ਬੋਲੂੰਗੀ, ਇੱਕ ਲਾਈਨ ਤੁਸੀਂ ਬੋਲੋਗੇ ਸਾਰੇ। ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਇੱਕ ਵਾਰੀ ਉੱਧਰ ਧਿਆਨ ਦਿਓ, ਸਾਰੇ ਉੱਧਰ ਧਿਆਨ ਦਿਓ, ਇੱਕ ਵਾਰੀ ਬੁਰਾ ਕਰ ਦਿਓ। Shanaz loves
ਡੈਡੀਕੇਟ ਕਰਦੇ ਹਾਂ ਸੋ ਸਾਡਾ ਖਾਣਾ ਬਿਲਕੁਲ। ਸੋ ਅਗਲਾ ਕੁਐਸਚਨ, ਚਾਈਨੀਜ਼ ਔਰ ਇੰਡੀਅਨ ਫੂਡ? ਯੂ ਲਾਈਕ ਚਾਈਨੀਜ਼? ਗਾਇਸ ਮੈਨੂੰ ਇੰਡੀਅਨ ਫੂਡ ਵਧੀਆ ਲੱਗਦਾ ਮੈਂ, ਕਿਉਂਕਿ ਮੈਨੂੰ ਦਾਲ ਚਾਵਲ ਦੇ ਨਾਲ ਸਬਜ਼ੀ ਦੇ ਦਿਓ ਬਸ, ਆਈ ਐਮ ਸੌਰਟਡ। ਅਗਲਾ ਕੁਐਸਚਨ, ਤੁਹਾਡਾ ਫੇਵਰੇਟ ਸਿੰਗਰ? ਯਾਰ ਇੱਥੇ ਮੈਨੂੰ ਲੱਗਦਾ ਮੈਨੂੰ ਗੁਰੂ ਰੰਧਾਵਾ ਦਾ ਨਾਮ ਲੈਣਾ ਪੈਣਾ। ਸੋ ਬਾਲੀਵੁੱਡ ਜਾਂ ਬਾਲੀਵੁੱਡ? ਜਸਲੀਨ ਤੁਸੀਂ ਇੱਥੇ ਆਓ।
ਗੱਲ ਦੱਸਾਂ, ਇਸ ਤੋਂ ਬਾਅਦ ਜਿਹੜਾ ਵੀ ਆਪਾਂ ਮੀਟ ਐਂਡ ਗ੍ਰੀਟ ਕਰ ਰਹੇ ਉਹ ਤੋਂ ਬਾਅਦ ਫੋਟੋ ਹੀ ਲਾ, ਮੇਰੀ ਜਾਨ ਫੋਟੋ ਸਾਰਿਆਂ ਨਾਲ ਕਰਾ ਕੇ ਜਾਓ, ਤੈਨੂੰ ਲੱਗਦਾ ਮੈਂ ਫੋਟੋ ਨਹੀਂ ਦੇ ਕੇ ਜਾਊਂਗੀ ਹੈ ਨਹੀਂ ਨਾ, ਅਤੇ ਉਹੀ ਬਸ ਤੁਸੀਂ ਉਹ ਰਿਲੈਕਸ ਵਾਲਾ ਚੱਕਰ ਛੱਡ ਦਿਓ, ਹਾਲੇ ਗੱਲਾਂ ਕਰ ਲਓ, ਫਿਰ ਉਹ ਤੋਂ ਬਾਅਦ ਦੁਬਾਰਾ ਆਊਂਗੀ ਫੋਟੋਆਂ ਕਰੋ। ਹਾਂ ਚਲੋ, ਕੀ ਕਿਵੇਂ ਕੀ ਕੀ ਪੁੱਛਣਾ ਕਿਸੇ ਨੂੰ? ਹਾਂਜੀ ਪੁੱਛੋ। ਮੂੰਹ ਬੰਦ ਕਰਕੇ ਖਾਇਆ ਕਰੋ, ਖਾਣਾ ਤੇ ਆਈ ਮੀਨ ਮੂੰਹ ਬੰਦ ਰੱਖਣਾ ਵਾ, ਹੁਣ ਵੀ ਮੂੰਹ ਬੰਦ ਹੀ ਰੱਖ। ਹਾਂ ਹੋਰ ਕੀ ਸੀ ਕੀ ਪੁੱਛਿਆ ਕੁਛ? ਮਾਈਕ ਕਿੱਥੇ ਆ? ਮਾਈਕ ਦੇ ਦੋ, ਪੁੱਛੋ 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 ਪੁੱਛੋ। ਉਹਨੂੰ ਕੀ ਕਹੂੰਗੀ? ਉਹਨੂੰ ਮੈਂ ਕੀ ਕਹਿਣਾ? ਉਹ ਮੈਨੂੰ ਕਹੂੰਗੀ ਮੈਂ ਬਣੀ ਆ ਕੁਛ ਜ਼ਿੰਦਗੀ 'ਚ ਉਹ। ਤੁਸੀਂ ਮੇਰੀ ਬੈਸਟ ਫਰੈਂਡ ਸੀਗੇ, ਜਿਹੜੀ ਆਪਣੀ ਮੰਮੀ ਨਾਲ ਰਹਿੰਦੀ ਸੀ ਤੇ ਆਪਣੇ ਭਰਾ ਨਾਲ ਰਹਿੰਦੀ ਸੀ, ਦੋ ਲੋਕ ਰਹਿੰਦੇ ਸੀ ਨਾ, ਤੇ ਤੀਜੀ ਤੂੰ ਸੀ। ਭਲਾ ਜਿਹੜਾ ਤੁਹਾਡਾ ਕੱਚਾ ਘਰ ਸੀ ਨਾ? ਹਾਂ ਯਾਦ ਆ ਗਿਆ। ਹੈਲੋ ਸ਼ਹਿਨਾ, ਹਾਂਜੀ ਮੈਂ ਬਹੁਤ ਪਿਆਰ ਕਰਦੀ ਹਾਂ, ਇੱਥੇ ਆਓ ਇੱਥੇ ਆਓ ਇੱਥੇ ਆਓ।
Space तो एक दूसरे को पता है वो
ਸਫੋਕੇਟਡ ਹੋ ਜਾਏਗਾ, ਇੱਥੇ ਕੋਈ ਬੇਹੋਸ਼ ਹੋ ਗਿਆ ਮੇਰੇ ਨਾਲ ਲੱਗ ਜਾਣਾ, ਪਿੱਛੇ ਪਿੱਛੇ ਹੋ ਜਾਓ। ਕਿਆ
ਸਵਾਗਤ ਹੈ ਅਤੇ ਜਦੋਂ ਤੁਹਾਡੇ ਵਰਗੀਆਂ ਕੁੜੀਆਂ ਮਤਲਬ ਕਿ ਇੱਥੇ ਸਟੇਜ 'ਤੇ ਖੜ੍ਹਦੀਆਂ ਨੇ, ਬਹੁਤ ਸਾਰੇ ਬੱਚੇ, ਬਹੁਤ ਸਾਰੀਆਂ ਇਹ ਜਵਾਨ ਕੁੜੀਆਂ ਤੁਹਾਨੂੰ ਫੋਲੋ ਕਰਨਾ ਚਾਹੁੰਦੀਆਂ ਹੋਣਗੀਆਂ, ਸੋ ਮੈਂ ਚਾਹੁੰਦੀ ਹਾਂ ਕਿ ਤੁਸੀਂ ਉਹਨਾਂ ਨੂੰ ਅਪੀਲ ਕਰੋ ਕਿ ਜਿਵੇਂ ਗਲੋਬਲ ਵਾਰਮਿੰਗ ਗਰਮੀ ਕਿਤੇ ਹੋ ਰਹੀ ਆ ਔਰਤਾਂ ਦੀ, ਕਿਤੇ ਸਰਦੀ ਹੋ ਰਹੀ ਆ ਔਰਤਾਂ ਦੀ, ਕਿਤੇ ਹੜ੍ਹ ਆ ਰਹੇ, ਜੋ ਵੀ ਕੋਈ ਝੱਕੜ ਝੁੱਲ ਰਹੇ ਆ, ਹੈ ਨਾ, ਪਲੀਜ਼ ਉਹਨਾਂ ਨੂੰ ਅਪੀਲ ਕਰੋ ਕਿ ਜੇ ਕੋਈ ਦਰੱਖਤ ਲਾ ਸਕਦਾ ਆਪਣੇ ਘਰਾਂ ਦੇ ਨਾਲੇ 10-10 ਦਰੱਖਤ ਲਾਉਣ, ਜੋ ਵੀ ਕੁਛ ਬੈਟਰ ਕਰ ਸਕਦੇ ਆ, ਜੇ ਘੱਟ ਦਾਣਾ ਚਲਾ ਸਕਦੇ ਆ, ਜਾਂ ਜੋ ਵੀ ਕੁਛ ਇਹੋ ਜਿਹਾ ਕਰ ਸਕਦੇ ਆ ਟੂ ਮੇਕ ਦ ਨੇਚਰ ਬੈਟਰ ਲਾਈਕ ਇੰਡੀਆ, ਯੂ ਪਲੀਜ਼ ਅਪੀਲ ਕਰੋ। ਦੇਖੋ ਉਹਨਾਂ ਨੇ 10-10 ਬੋਲਾ ਹੈ ਪਲਾਂਟਸ ਲਗਾਉਣ ਕੇ ਲਈ, ਮੈਨੂੰ ਲੱਗਦਾ ਏਕ ਵੀ ਲਗਾਓਗੇ ਨਾ, ਏਕ ਏਕ ਕਰਕੇ ਅਗਰ ਸ਼ੁਰੂ ਕਰੋਗੇ ਤੋ ਕਾਫੀ ਫਰਕ ਪੜੇਗਾ। ਦੇਖੋ ਨੇਚਰ ਕੋ ਸੇਵ ਕਰਨਾ ਇਜ਼ ਆਪਣਾ ਕੰਮ, ਔਰ ਹਮੇ ਨਾ ਧਿਆਨ ਰੱਖਣਾ ਚਾਹੀਏ, ਪਹਿਲੇ ਤੋਂ ਆਪਣੇ ਘਰ ਸੇ ਸ਼ੁਰੂ ਕਰੋ, ਬਾਹਰ ਮੈਂ ਬਾਹਰ ਖੁਦ ਆਏਗਾ, ਤੋ ਪਹਿਲੇ ਘਰ ਸੇ ਸ਼ੁਰੂ ਕਰੋ, ਆਪ ਏਕ ਏਕ ਪਲਾਂਟ ਤੋਂ ਲਗਾਓ ਐਟਲੀਸਟ, 10 ਮੈਂ 10 ਨਹੀਂ ਬੋਲੂੰਗੀ, ਠੀਕ ਹੈ, ਏਕ ਏਕ ਸੇ ਸ਼ੁਰੂ ਕਰੋ, ਅਗਰ ਫਿਰ ਦੋ ਤਿੰਨ। ਬਹੁਤ ਵਧੀਆ ਤੁਸੀਂ ਹੈ, ਤੂੰ ਡਾਂਸ ਕਰ ਰਹੀ ਹਾਂ, ਕਿਹੜੇ ਡਾਂਸ ਕਰਨਾ? ਸਟੇਜ 'ਤੇ ਡਾਂਸ ਕਰਨਾ ਚਾਹੁੰਦੀ ਤੁਸੀਂ? Okay, so the DJ is going to continue the music and you guys dance away, okay? Thank you so much. What?
म्यूजिक कट। ਦੇਖੋ ਜੀ, ਅੱਜ ਉਹ ਦਿਨ ਆ ਗਿਆ ਤੀਆਂ 2024 ਫਰੈਜ਼ਨੋ, ਅਤੇ ਸਾਡੇ ਨਾਲ ਆ ਗਏ ਨੇ ਸ਼ਹਿਨਾਜ਼ ਗਿੱਲ ਜੀ, ਜੋ ਕਿ ਸਿੱਧੇ ਇੰਡੀਆ ਤੋਂ ਆਏ ਨੇ। ਵੈਲਕਮ ਟੂ ਫਰੈਜ਼ਨੋ ਸਿਟੀ। ਥੈਂਕ ਯੂ ਸੋ ਮੱਚ। ਮੈਂ ਸਿੱਧਾ ਇੰਡੀਆ ਤੋਂ ਨਹੀਂ, ਮੈਂ ਡੈਲਸ ਤੋਂ ਆ ਰਹੀ ਹਾਂ। ਸਾਡੇ ਵਾਸਤੇ ਤਾਂ ਤੁਸੀਂ ਇੰਡੀਆ ਤੋਂ ਆ ਰਹੇ ਹੈਗੇ ਹੋ। ਐਂਡ ਕਿੱਦਾਂ ਲੱਗ ਰਿਹਾ ਤੁਹਾਨੂੰ, ਪਹਿਲੀ ਵਾਰੀ ਤੁਹਾਡਾ US ਦਾ ਟੂਰ ਹੈ, ਕਿੱਦਾਂ ਲੱਗ ਰਿਹਾ? ਮੈਨੂੰ ਬਹੁਤ ਮਜ਼ਾ ਆ ਰਿਹਾ ਸੱਚੀ। ਮੈਂ ਅਮੈਰੀਕਾ ਘੁੰਮ ਲਿਆ ਟੂਰ ਦੇ ਚੱਕਰ 'ਚ, ਐਂਡ ਅੱਜ ਮੈਨੂੰ ਲੱਗਦਾ ਸਾਡਾ ਗ੍ਰੈਂਡ ਫਿਨਾਲੇ ਅੱਜ ਲਾਸਟ ਆ, ਸਾਰਾ ਸ਼ੋਅ ਹੋ ਗਿਆ। ਐਂਡ ਟੂਡੇਜ਼ ਤੀਆਂ ਫੈਸਟੀਵਲ, ਆਈ ਐਮ ਸੋ ਐਕਸਾਈਟਿਡ, ਕਿਉਂਕਿ ਮੈਂ ਬਹੁਤ ਸੋਲਡ ਆਊਟ ਦੇਖ ਰਹੀ ਹਾਂ ਸਾਰਾ। ਆਈ ਐਮ ਸੋ ਹੈਪੀ। ਨਹੀਂ, ਤੁਸੀਂ ਲਾਈਕ ਸ਼ਹਿਨਾਜ਼ ਗਿੱਲ ਇਜ਼ ਦ ਬੈਸਟ, ਐਂਡ ਯੂ ਹੈਵ ਲੈਂਡਡ ਇਨ ਦ ਬੈਸਟ ਤੀਆਂ ਫੈਸਟੀਵਲ ਇਨ ਸਡਨ ਸੈਂਟਰਲ ਕੈਲੀਫੋਰਨੀਆ। ਸੋਨੀਆ ਹੀਰ ਜੀ ਹਮੇਸ਼ਾ ਹੀ ਬੈਸਟ ਤੀਆਂ ਕਰਾਉਂਦੇ ਨੇ, ਐਂਡ ਤੁਸੀਂ ਤੁਹਾਡੀ ਸਕਸੈਸ ਸਟੋਰੀ ਹੈ। ਇੱਕ ਜਸਟ ਲਾਸਟ ਕੁਸ਼ਚਨ ਪੁੱਛਣਾ ਚਾਹਾਂਗੀ, ਉਹਦੇ ਬਾਰੇ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ, ਯੰਗ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਯੂ ਆਰ ਅ ਵੈਰੀ ਸਕਸੈਸਫੁਲ ਪਰਸਨ, ਵੀ ਹੈਵ ਸੀਨ ਯੋਰ ਜਰਨੀ, ਵਟ ਯੂ ਹੈਵ ਟੂ ਟੈਲ ਦੈਮ? ਕਿਆ ਕਹਿਣਾ ਚਾਹੇਂਗੇ ਆਪ? ਕਿ ਆਪ ਵੀ ਸਕਸੈਸਫੁਲ ਹੋ ਜਾਓ ਜਲਦੀ ਸੇ। ਆਲਰਾਈਟ, ਐਜ਼ ਯੂਜ਼ੁਅਲ ਸ਼ਹਿਨਾਜ਼ ਗਿੱਲ, ਦ ਸਿੰਪਲੈਸਟ ਐਂਡ ਦ ਬੈਸਟ ਵਿਦ ਅਸ।